ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਹਰੀਕਾ ਜੋਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਪੀਪੀਐਸਸੀ ਵੱਲੋਂ ਜੋਬ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੀਸੀਐਸ ਦਾ ਜਿਹੜਾ ਜੋਬ ਨੋਟੀਫਿਕੇਸ਼ਨ ਆ ਪੰਜਾਬ ਸਿਵਲ ਸਰਵਿਸ ਜੁਡੀਸ਼ੀਅਲ ਬ੍ਰਾਂਚ ਦਾ ਜੁਡੀਸ਼ਰੀ ਦਾ ਜਿਹੜਾ ਇਹ ਨੋਟੀਫਿਕੇਸ਼ਨ ਆਊਟ ਹੋਇਆ ਜਿਦੇ ਵਿੱਚ ਸਿਵਲ ਜੱਜਾਂ ਦੀ ਭਰਤੀ ਕੀਤੀ ਜਾਣੀ ਹੈ ਤੇ ਤੁਹਾਨੂੰ ਮੇਰਾ ਗੱਲਾ ਅਸੀਂ ਤਕਰੀਬਨ ਮਹੀਨਾ ਕੋ ਪਹਿਲਾਂ ਮਹੀਨਾ ਡੇਡ ਮਹੀਨਾ ਪਹਿਲਾਂ ਟੈਲੀਗ੍ਰam ਤੇ ਦੱਸਿਆ ਸੀਗਾ ਕਿ ਸਤੰਬਰ ਦੇ ਵਿੱਚ ਜਿਹੜਾ ਪੀਸੀਐਸ ਆਉਣਾ ਠੀਕ ਹੈ ਜੁਡੀਸ਼ਰੀ ਦਾ ਤੇ ਇਹਦਾ ਜਿਹੜਾ ਐਕਸਪੈਕਟਿਡ ਹੈ ਦੋਸਤੋ ਦਸੰਬਰ ਤੱਕ ਜਿਹੜਾ ਪ੍ਰੀ ਦਾ ਐਕਸਪੈਕਟਿਡ ਹੈ ਠੀਕ ਹੈ ਬਾਕੀ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਜਦੋਂ ਵੀ ਇਹਦਾ ਕੋਈ ਆਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਆਪਾਂ ਨੂੰ ਪਤਾ ਲੱਗ ਜਾਣਾ ਤੇ ਇਹਦੇ ਵਿੱਚ ਜੇ ਪੋਸਟਾਂ ਦੀ ਗੱਲ ਕਰੀਏ ਤਾਂ 169 ਪੋਸਟਾਂ ਨੇ ਸਿਵਲ ਜੱਜ ਦੀਆਂ ਜੂਨੀਅਰ ਡਿਵੀਜ਼ਨ ਦੇ ਵਿੱਚ ਕਮ ਜੁਡੀਸ਼ੀਅਲ ਮੈਜਿਸਟਰੇਟ ਵੀ ਇਸ ਪੋਸਟ ਨੂੰ ਕਿਹਾ ਜਾਂਦਾ ਤੇ ਇਹਦੇ ਲਈ ਜੇ ਕੈਟਾਗਰੀ ਵਾਈਜ਼ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਦੀਆਂ 52 ਪੋਸਟਾਂ ਤੇ 52 ਦੇ ਵਿੱਚੋਂ 17 ਪੋਸਟਾਂ ਵੂਮਨ ਕੈਂਡੀਡੇਟਸ ਦੇ ਲਈ ਰਿਜ਼ਰਵ ਹੈ ਤੇ 169 ਦੇ ਵਿੱਚੋਂ ਟੋਟਲ 55 ਪੋਸਟਾਂ ਵੂਮਨ ਕੈਂਡੀਡੇਟਸ ਦੇ ਲਈ ਰਿਜ਼ਰਵ ਪੋਸਟਾਂ ਹਨ ਤੇ ਡਿਟੇਲ ਆਫ ਐਗਜ਼ਾਮੀਨੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਪ੍ਰੀਲਿਮਸ ਹੋਣਾ ਉਸ ਤੋਂ ਬਾਅਦ ਤੁਹਾਡਾ ਮੇਨ ਹੋਣਾ ਤੇ ਉਸ ਤੋਂ ਬਾਅਦ ਤੁਹਾਡਾ ਵਾਈਵਾ ਵਗੈਰਾ ਇਹਦੇ ਵਿੱਚ ਲਿਆ ਜਾਣਾ ਤੇ ਇਸ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਦਾ ਟਾਈਮ ਸ਼ਡਿਊਲ ਫਾਰ ਦਾ ਪੀਸੀਐਸ ਐਗਜ਼ਾਮੀਨੇਸ਼ਨ 2022 ਸ਼ਲ ਬੀ ਪੋਸਟਡ ਔਨ ਦਾ ਵੈਬਸਾਈਟ ਆਫ ਦਾ ਕਮਿਸ਼ਨ ਔਰ ਹਾਈ ਕੋਰਟ ਸ਼ਾਰਟਲੀ ਹਾਈ ਕੋਰਟ ਦਾ ਇਹ ਤਾਂ ਜ਼ਿਕਰ ਕਰ ਰਹੇ ਆ ਕਿਉਂਕਿ ਇਹਨਾਂ ਨੇ ਇੱਕ ਸ਼ਾਰਟ ਨੋਟਿਸ ਦਿੱਤਾ ਉਹਦੇ ਵਿੱਚ ਦੱਸਿਆ ਕਿ ਆ ਐਪਲੀਕੇਸ਼ਨ ਫਾਰਮ ਫਰਮ ਅਲਿਜੀਬਲ ਕੈਂਡੀਡੇਟ ਫਾਰ ਦਾ ਪੰਜਾਬ ਸਿਵਲ ਸਰਵਿਸ ਜੁਡੀਸ਼ੀਅਲ ਬ੍ਰਾਂਚ ਐਗਜ਼ਾਮੀਨੇਸ਼ਨ 2022 ਟੂ ਬੀ ਕੰਡਕਟਡ ਜੁਆਇੰਟਲੀ ਬਾਏ ਦਾ ਔਨਰੇਬਲ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਐਂਡ ਪੀਪੀਐਸਸੀ ਠੀਕ ਹੈ ਜੀ ਤਾਂ ਜੁਆਇੰਟਲੀ ਕੰਡਕਟ ਕੀਤਾ ਜਾਣਾ ਹੈ ਐਗਜ਼ਾਮ ਹਾਈ ਕੋਰਟ ਵੱਲੋਂ ਤੇ ਪੀਪੀਐਸਸੀ ਵੱਲੋਂ ਤੇ ਇਹਦੇ ਵਿੱਚ ਇੱਥੇ ਵੀ ਡਿਟੇਲ ਦਿੱਤੀ ਹੋਈ ਆ ਕਿ ਤਿੰਨ ਜਿਹੜੇ ਫੇਜ਼ ਆ ਇਹਦੇ ਵਿੱਚ ਐਗਜ਼ਾਮ ਦੇ ਸਿਲੈਕਸ਼ਨ ਦੇ ਤੇ ਪ੍ਰੀਲੀਮਸ ਦੀ ਗੱਲ ਕਰੀ ਤਾਂ ਪ੍ਰੀਲੀਮਸ ਆ ਜਿਹੜਾ ਤੁਹਾਡਾ ਆਬਜੈਕਟਿਵ ਟਾਈਪ ਕੁਐਸਚਨ ਤੁਹਾਨੂੰ ਆਣੇ ਆ ਮਲਟੀਪਲ ਚ ਤੇ ਵਿੱਚ ਕੈਨ ਬੀ ਸਕਰੂਟੀਨਾਈਜ਼ਡ ਬਾਏ ਦਾ ਕੰਪਿਊਟਰ ਤੇ ਜਿਹੜਾ ਮੇਨ ਐਗਜ਼ਾਮ ਆ ਉਹਦੇ ਵਿੱਚ ਤੁਹਾਡਾ ਸਬਜੈਕਟਿਵ ਜਾਂ ਨੈਰੇਟਿਵ ਟਾਈਪ ਜਿਹੜਾ ਉਹ ਐਗਜ਼ਾਮ ਹਨ ਤੇ ਕੁਐਸਚਨ ਪੇਪਰ ਦੀ ਗੱਲ ਕਰੀਏ ਪ੍ਰੀਲਿਮਸ ਦੇ ਲਈ ਤਾਂ ਇਹਦੀ ਡਿਊਰੇਸ਼ਨ ਹੋਏਗੀ 2 ਘੰਟੇ ਦੀ ਡਿਊਰੇਸ਼ਨ ਹੋਏਗੀ ਜਿਹਦੇ ਵਿੱਚ 125 ਕੁਐਸਚਨ ਹੋਣਗੇ ਤੇ ਈਚ ਕੁਐਸਚਨ ਜਿਹੜਾ 4 ਮਾਰਕਸ ਦਾ ਹੋਏਗਾ ਤੇ ਫॉर ਐਵਰੀ ਰੋਂਗ ਆਨਸਰ ਜਿਹੜਾ 0.20 ਪਰਸੈਂਟ ਮਾਰਕਸ ਕੱਟ ਕੱਟ ਹੋ ਜਾਣੇ ਆ ਭਾਵ ਕਿ 1/5 ਮਾਰਕਸ ਜਿਹੜੇ ਡਿਡਕਟ ਹੋ ਜਾਣੇ ਆ ਜੇਕਰ ਤੁਸੀਂ ਰੋਂਗ ਆਨਸਰ ਕੋਈ ਕਰੋਗੇ ਠੀਕ ਹੈ ਜੀ ਤਾਂ ਇਹ ਬਾਅਦ ਦੇ ਵਿੱਚ ਤੁਸੀਂ ਪੜ ਲੈਣਾ ਬੜੇ ਧਿਆਨ ਨਾਲ ਸਾਰਾ ਇੱਥੇ ਦੱਸਿਆ ਹੋਇਆ ਤੇ ਉਸ ਤੋਂ ਪਹਿਲਾਂ ਆਪਾਂ ਇਹਦਾ ਹੋਰ ਬੇਸਿਕ ਡਿਟੇਲ ਦੇਖ ਲੈਣੇ ਆ ਠੀਕ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਇਹਦੀ ਪੇ ਸਕੇਲ ਆ ਜੀ ਪੇ ਸਕੇਲ ਇਹਨਾਂ ਦੱਸਿਆ ਕਿ 27700 ਤੋਂ ਲੈ ਕੇ 44770 ਦੇ ਵਿੱਚ ਜਿਹੜਾ ਇਹਦਾ ਪੇ ਸਕੇਲ ਹੋਣਾ ਹੈ ਜਾਂ ਫਿਰ ਜੋ ਵੀ ਰਿਵਾਈਜ਼ ਕੀਤਾ ਜਾਏਗਾ ਜਾਂ ਰਿਵਾਈਜ਼ ਹੁੰਦਾ ਰਹੇਗਾ ਟਾਈਮ ਟੂ ਟਾਈਮ ਦਾ ਉਹਦੇ ਅਕੋਰਡਿੰਗ ਜਿਹੜਾ ਪੇ ਸਕੇਲ ਵਿੱਚ ਮਿਲਣਾ ਹੈ ਅਸੈਂਸ਼ੀਅਲ ਕੁਆਲਿਫਿਕੇਸ਼ਨ ਜਿਹੜੀ ਤੁਹਾਡੀ 10 ਅਕਤੂਬਰ 2022 ਦੇ ਅਨਸਾਰ ਤੁਸੀਂ ਡਿਗਰੀ ਕੀਤੀ ਹੋਵੇ ਬੈਚਲਰ ਆਫ ਲਾ ਦੇ ਵਿੱਚ ਠੀਕ ਹੈ ਜੀ ਤਾਂ ਇਹਦੇ ਵਿੱਚ ਤੁਸੀਂ ਡਿਗਰੀ ਕੀਤੀ ਹੋਵੇ 10ਵੀਂ ਦੇ ਵਿੱਚ ਪੰਜਾਬੀ ਪਾਸ ਕੀਤੀ ਹੋਵੇ 10ਵੀਂ ਵਾਲੀ ਸ਼ਰਤ ਜਿਹੜੀ ਮੰਡੇਟਰੀ ਆ ਤੇ ਏਜ ਲਿਮਟ ਆ ਜਿਹੜੀ ਤੁਹਾਡੀ 21 ਤੋਂ 37 ਸਾਲ ਹੋਣੀ ਚਾਹੀਦੀ ਹੈ 10 ਅਕਤੂਬਰ 2022 ਦੇ ਅਕੋਰਡਿੰਗ SCBC ਲਈ ਏਜ ਲਿਮਟ ਅਪਰ ਏਜ ਲਿਮਟ ਜਿਹੜੀ 42 ਸਾਲ ਤੱਕ ਦੀ ਅਪਰ ਏਜ ਲਿਮਟ ਰੱਖੀ ਗਈ ਆ ਇੰਪੋਰਟੈਂਟ ਡੇਟਸ ਦੀ ਗੱਲ ਕਰੀਏ ਲਾਸਟ ਡੇਟ ਆਨਲਾਈਨ ਫਾਰਮ ਫਿਲ ਕਰਨ ਦੀ 10 ਅਕਤੂਬਰ 2022 ਆ ਤੇ ਫੀਸ ਭਰਨ ਦੀ ਜਿਹੜੀ ਲਾਸਟ ਡੇਟ ਉਹ ਰੱਖੀ ਗਈ ਆ 17 ਅਕਤੂਬਰ 2022 ਤੱਕ ਠੀਕ ਹੈ ਜੀ ਤੇ ਮੇਨਸ एग्जाम ਦਾ ਵੀ ਇੱਥੇ ਦੱਸਿਆ ਗਿਆ ਕਿ ਪੇਪਰ 1 ਦੇ ਵਿੱਚ ਜਿਵੇਂ ਸਿਵਲ ਲਾਅ ਆਣਾ ਠੀਕਾ ਉਸ ਤੋਂ 200 ਮਾਰਕਸ ਦਾ ਠੀਕ ਹੈ ਸਿਲੇਬਸ ਇੱਥੇ ਦੱਸਿਆ ਕਿ ਉਹਦੇ ਵਿੱਚ ਕੀ ਕੀ ਤੁਸੀਂ ਪ੍ਰਿਪੇਅਰ ਕਰਨਾ ਹੈ ਇਹ ਤੁਸੀਂ ਸਾਰਾ ਆਪਣਾ ਚੈੱਕ ਕਰ ਲੈਣਾ ਤੇ ਵਾਈਵਾ ਦੇ ਵਿੱਚ ਦੱਸਿਆ ਵਾ ਕਿ ਇਹਦੇ ਕੀ ਵੇਟੇਜ ਵਾਈਵਾ ਦੀ ਹੋਏਗੀ ਇਹਦੇ ਵਿੱਚ ਕੀ ਕੀ ਪੁੱਛਿਆ ਜਾਣਾ ਠੀਕ ਹੈ ਪੇ ਸਕਿਲ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤਾ ਕੁਆਲਿਫੀਕੇਸ਼ਨ ਤੁਹਾਨੂੰ ਦੱਸ ਦਿੱਤੀ ਹੈ ਤੇ ਨੰਬਰ ਆਫ ਅਟੈਂਪਟਸ ਨਾਲ ਇਹ ਲਿਖਿਆ ਤੇ ਜਿਹੜੇ ਐਕਸ ਸਰਵਿਸਮੈਨ ਕੈਂਡੀਡੇਟਾ ਉਹਨਾਂ ਦੇ ਲਈ ਇਹਨਾਂ ਨੇ ਲਿਖਿਆ ਕਿ ਉਹ ਜਿਹੜਾ 3 ਅਟੈਂਪਟਸ ਦੇ ਸਕਦੇ ਆ ਐਗਜ਼ਾਮ ਦੇ ਲਈ ਠੀਕ ਹੈ ਤੇ ਇਹਦੇ ਵਿੱਚ ਇਹਨਾਂ ਨੇ ਇਹ ਵੀ ਲਿਖਿਆ ਕਿ appearing in even one paper only shall be deemed to an attempt in the at the examination ਕਿ ਜੇਕਰ ਤੁਸੀਂ ਸਿਰਫ ਅਪੀਅਰ ਹੀ ਹੁੰਨੇ ਹੋ ਕਿਸੇ ਵੀ ਇੱਕ ਪੇਪਰ ਚ ਤਾਂ ਵੀ ਤੁਹਾਨੂੰ ਕੀ ਮੰਨਿਆ ਜਾਏਗਾ ਕਿ ਤੁਸੀਂ ਇੱਕ ਚਾਂਸ ਆਪਣਾ ਲੈ ਚੁੱਕੇ ਹੋ ਠੀਕ ਹੈ ਤਾਂ ਉਹਨਾਂ ਨੂੰ ਆਪਣੀ ਸੈਲਫ ਡੈਕਲੇਰੇਸ਼ਨ ਦੇਣੀ ਪੈਗੀ ਜਿਹੜੇ ਵੀ ਐਕਸ ਸਰਵਿਸਮੈਨ ਹੋਣਗੇ ਉਹਨਾਂ ਨੂੰ ਉੱਥੇ ਮੈਂਸ਼ਨ ਕਰਨਾ ਪੈਗਾ ਕਿ ਕਿੰਨੇ ਤੁਸੀਂ ਜਿਹੜੇ ਚਾਂਸ ਲੈ ਚੁੱਕੇ ਹੋ 0 ਲਿਆ 1 ਹੈ 2 ਹੈ ਜਾਂ 3 ਹੈ ਠੀਕ ਹੈ ਉੱਥੇ ਤੁਸੀਂ ਮੈਂਸ਼ਨ ਕਰਨਾ ਹੈ ਏਜ ਲਿਮਟ ਦਾ ਮੈਂ ਤੁਹਾਨੂੰ ਨੋਟ ਕਰਵਾ ਦਿੱਤਾ ਇੰਪੋਰਟੈਂਟ ਡੇਟਸ ਨੋਟ ਕਰਵਾਤੀਆਂ ਫੀਸ ਨੋਟ ਕਰ ਲਓ ਫੀਸ ਜਿਹੜੀ ਐਸ ਸੀ ਐਸ ਟੀ ਬੀ ਸੀ ਲਈ ਰੱਖੀ ਗਈ ਹੈ 750 ਐਕ ਸਰਵਿਸਮੈਨ ਆਫ ਪੰਜਾਬ ਲਈ 500 ਈ ਡਬਲਯੂ ਐਸ ਪੀ ਡਬਲਯੂ ਡੀ ਐਲ ਡੀ ਅਸੈਂਬਲੀ 500 ਦੇ ਆਲ ਅਦਰ ਕੈਟਾਗਰੀ ਜੀ ਦੇ ਵਿੱਚ ਜਨਰਲ ਸਪੋਰਟਸ ਤੇ ਫਰੀडम फाइਟਰ ਦੀ 1500 ਰੁਪਏ ਫੀਸ ਰੱਖੀ ਗਈ ਆ ਆਨਲਾਈਨ ਫਾਰਮ ਭਰਿਆ ਜਾਣਾ ਆਨਲਾਈਨ ਹੀ ਫੀਸ ਭਰੀ ਜਾਣੀ ਆ ਸਾਰਾ ਪ੍ਰੋਸੀਜਰ ਪੀ ਪੀ ਐਸ ਸੀ ਬਿਲੋਂ ਆਨਲਾਈਨ ਕੀਤਾ ਹੋਇਆ ਆਲਰੇਡੀ ਤੇ ਇਹ ਤੁਸੀਂ ਸਾਰਾ ਦੇਖ ਲੈਣਾ ਇਦਲੀ ਪ੍ਰੀਲਿਮਸ ਦੇ ਵਿੱਚ ਕੀ ਕੀ ਆਣਾ ਇਹ 3.3 ਜਿਹੜਾ ਕਾਲਮ ਆ ਇੱਥੋਂ ਤੁਸੀਂ ਪੜ ਲੈਣਾ ਪ੍ਰੀਲਿਮਸ ਦਾ ਇੱਕ ਅਲੱਗ ਤੋਂ ਕਾਲਮ ਬਣਿਆ ਠੀਕ ਆ ਪੂਰੀਆਂ ਦੇ ਵਿੱਚ ਡਿਟੇਲਸ ਆ ਪ੍ਰੀਲਿਮਸ ਕਿਦਾਂ ਕੀ ਸਿਸਟਮ ਆ 8. ਟੋਟਲ ਇਹ ਦਿੱਤੇ ਆ ਸਾਰੇ ਡਿਸਕਸ ਕੀਤੇ ਆ ਇਹ ਤੁਸੀਂ ਬੜੇ ਧਿਆਨ ਨਾਲ ਪੜ ਲੈਣਾ ਤੇ ਇਹਦੇ ਅਕੋਰਡਿੰਗ ਹੀ ਆਪਣੀ ਜੋ ਵੀ ਪ੍ਰੈਪਰੇਸ਼ਨ ਕਰਨੀ ਹੈ ਉਸ ਤੋਂ ਬਾਅਦ ਮੇਨਸ ਦਾ ਦਿੱਤਾ ਗਿਆ 3.4 ਜਿਹੜਾ ਕਾਲਮ ਮੇਨਸ ਦੇ ਲਈ ਦੱਸਿਆ ਗਿਆ ਠੀਕ ਆ ਉਸ ਤੋਂ ਬਾਅਦ 3.5 ਆ ਜਿਹੜਾ ਵਾਈਵਾ ਦੇ ਲਈ ਦੱਸਿਆ ਗਿਆ ਇਹ ਵੀ ਤੁਸੀਂ ਦੇਖ ਲੈਣਾ ਸਾਰਾ ਤੇ ਬਾਕੀ ਦੀ ਅਪਡੇਟ ਜੀ ਸਾਰਨਾ ਬਣੇ ਰੋ ਜੁੜੇ ਰੋ ਨੋਟੀਫਿਕੇਸ਼ਨ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜੇਗਾ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ